curarono un tratto. ਦੋ ਹਜ਼ਾਰ 2015 ਵਿੱਚ ਥਾਣਾ ਸੁਜਾਨਪੁਰੇ ਐਨ ਪੀ ਐਸ ਐਕਟ ਦਾ ਪਰਚਾ ਦਰਜ ਹੋਇਆ ਸੀ, ਜਿਹਦੇ ਵਿੱਚ 600 ਗ੍ਰਾਮ ਜਿਹੜਾ ਇੰਟੋਕਸੀਕੈਂਟ ਪਾਊਡਰ ਕੌਂਟਰਾਬੈਂਡ ਜਿਹੜਾ ਸਬਸਟਾਂਸ ਹੁੰਦਾ ਐਨ ਡੀ ਪੀ ਐਸ ਐਕਟ, ਉਹਦਾ ਪਰਚਾ ਦਰਜ ਹੋਇਆ ਸੀ। ਉਹਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ। ਔਰ ਉਸ ਐਕਟ ਦੇ ਵਿੱਚ ਇੱਕ ਧਾਰਾ 68F, ਉਸ ਧੰਦੇ ਦੌਰਾਨ ਉਸ ਜਿਹੜਾ ਇਲੀਗਲ ਕੰਮ ਹੈਗਾ ਐਨ ਡੀ ਪੀ ਐਸ ਐਕਟ ਦਾ, ਉਹਦੇ ਵਿੱਚ ਜੋ ਵੀ ਉਹਨਾਂ ਨੇ ਪ੍ਰੋਪਰਟੀ ਬਣਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਕੰਪੀਟੈਂਟ ਅਥਾਰਟੀ ਹੈ ਐਨ ਡੀ ਪੀ ਐਸ ਐਕਟ ਦੇ ਰੂਲਿੰਗ ਮੁਤਾਬਕ, ਇਹ ਕੰਪੀਟੈਂਟ ਅਥਾਰਟੀ ਹੈ ਜਿਹੜਾ ਕਹਿੰਦੇ ਇਹਨਾਂ ਦਾ ਹੈੱਡ ਆਫਿਸ ਦਿੱਲੀ ਹੈ, ਉਹ ਮਿਨਿਸਟਰੀ ਆਫ ਫਾਈਨੈਂਸ ਐਂਡ ਰੈਵਨਿਊ ਦਾ ਇੱਕ ਪਾਰਟ ਹੈ। ਉਸ ਧਾਰਾ ਦੇ ਦੌਰਾਨ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਜੋ ਉਹਨਾਂ ਨੇ ਇਲੀਗਲ ਪ੍ਰੋਪਰਟੀ ਅਕੁਆਇਰ ਕੀਤੀ ਹੁੰਦੀ ਹੈ ਉਸ ਬਿਜ਼ਨਸ ਤੋਂ, ਉਹ ਆਪਾਂ ਉਸ ਵਿੱਚ ਫਰੀਜ਼ ਕਰਦੇ ਹਾਂ। ਜੋ ਆਪਾਂ ਉਹਨਾਂ ਦੇ ਵਿੱਚ ਕੇਸ ਬਣਾ ਕੇ ਐਸ ਐਚ ਓ ਸਾਹਿਬ ਸੁਜਾਨਪੁਰ ਨੇ ਉਹਦਾ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ, ਉਹਨਾਂ ਨੇ ਇਹ ਪ੍ਰੋਪਰਟੀ ਜਿਹੜੀ ਹੈ ਫਰੀਜ਼ ਕਰਤੀ ਹੈ। ਔਰ ਹੁਣ ਜਿਹੜਾ ਇਹਨਾਂ ਦਾ ਬਰਡਨ ਹੈਗਾ ਇਹਨਾਂ ਦੇ ਦੋਸ਼ੀਆਂ ਦੇ ਵਿੱਚ ਹੈਗਾ ਵੀ ਉਹ ਆਪਣੀ ਪ੍ਰੋਪਰਟੀ ਬਾਰੇ ਸਾਰਾ ਸਬੂਤ ਦੇਣ ਵੀ ਪ੍ਰੋਪਰਟੀ ਆਈ ਕਿੱਥੋਂ। ਫਿਲਹਾਲ ਇਹ ਪ੍ਰੋਪਰਟੀ ਸਾਰੀ ਫਰੀਜ਼ ਹੈ। ਇਸ ਪ੍ਰੋਪਰਟੀ ਦੇ ਵਿੱਚ 2 ਪਲਾਟ ਨੇ, ਇੱਕ ਰੈਜੀਡੈਂਸ਼ੀਅਲ ਏਰੀਆ, ਉਹਦੇ ਨਾਲ 2 ਦੁਕਾਨਾਂ, ਇਹ ਤੋਂ ਇਲਾਵਾ ਇੱਕ ਥਾਰ ਗੱਡੀ ਹੈ ਜਿਹੜੀ ਕਿ ਆਪਾਂ ਸੀਜ਼ ਕਰ ਰਹੇ ਹਾਂ। ਇਹਦਾ ਪ੍ਰੋਸੀਜਰ ਹੈ ਜੀ। ਠੀਕ ਹੈ।